ਜਦੋਂ ਪੰਜਾਬ ਦੇ ਲੋਕ ਗਾਣੇ ਚਾਹੇ ਹੋ ਸਿੱਖਣੇ ਚਾਹੇ ਹਿੰਦੂ ਨੇ ਜਾਂ ਕੋਈ ਵੀ ਪੰਜਾਬ ਦਾ ਪਛੰਦਾ ਜਦੋਂ ਉਹ ਪੰਜਾਬ ਤੋਂ ਬਾਹਰ ਜਾਂਦਾ ਜਿਹੜੇ ਸਾਡੇ ਨਾਲ ਦੀਆਂ ਕਨੈਕਟਿੰਗ ਤਿੰਨ ਸਟੇਟਸ ਨੇ ਜਿਹਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਤੇ ਰਾਜਸਥਾਨ ਇੱਥੇ ਕੋਈ ਵੀ ਪੰਜਾਬੀ ਜ਼ਮੀਨ ਜ਼ਿਆਦਾਦ ਖਰੀਦ ਨਹੀਂ ਸਕਦਾ ਜਦੋਂ ਗੱਲ ਪੰਜਾਬ ਦੀ ਆਂਦੀ ਹੈ ਸਾਡਾ ਵੀ ਆਪਣਾ ਸੱਭਿਆਚਾਰ ਹੈ ਸਾਡੀ ਆਪਣੀ ਭਾਸ਼ਾ ਸਾਡੀ ਬੋਲੀ ਨੂੰ ਵੱਡੇ ਪੱਧਰ ਤੇ ਖਤਰਾ ਪੈਦਾ ਕੀਤਾ ਜਾ ਰਿਹਾ ਤੇ ਪੰਜਾਬ ਦੇ ਲੋਕ ਵੀ ਮਹਿਸੂਸ ਕਰਦੇ ਨੇ ਔਰ ਅਸੀਂ ਮੰਗ ਕਰਦੇ ਆਂ ਕਿ ਪੰਜਾਬ ਦੇ ਵਿੱਚ ਵੀ ਗੈਰ ਪੰਜਾਬੀਆਂ ਦੇ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਖਰੀਦਣ ਤੇ ਪਾਬੰਦੀ ਲੱਗੇ ਜੀ ਰਾਜਸਥਾਨ ਵੀ ਇਹ ਗੱਲ ਕਹਿ ਸਕਦਾ ਜੰਮੂ ਕਸ਼ਮੀਰ 'ਚ ਇਹ ਗੱਲ ਹੋ ਸਕਦੀ ਹੈ ਹਿਮਾਚਲ 'ਚ ਇਹ ਗੱਲ ਹੋ ਸਕਦੀ ਹੈ ਜਿਹੜੀਆਂ ਨਾਗਾ ਲੈਂਡ ਉਧਰ ਦੀਆਂ ਜਿਹੜੇ ਸਟੇਟਸ ਨੇ ਜੋ ਇਹ ਗੱਲ ਕਹਿ ਸਕਦੇ ਨੇ ਤੇ ਪੰਜਾਬ ਨੂੰ ਵੀ ਹੱਕੇ ਆਪਣੀ ਗੱਲ ਕਹਿ ਹੰਦਾ ਕਿੰਨਾ ਵਿਦੇਸ਼ਾਂ 'ਚ ਜਾਨ ਦਾ ਰੁਝਾਨ ਸਾਰਾ ਪੰਜਾਬੀਆਂ ਦਾ ਯਰ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਇਹੋ ਜੀ ਨੀਤੀ ਬਣਾ ਦਿੱਤੀ ਜਾਂਦੀ ਹੈ ਵੀ ਇੱਥੋਂ ਦੇ ਲੋਕਾਂ ਨੂੰ ਵਪਾਰ ਇੱਥੋਂ ਕੋਈ ਨਾ ਚੱਲੇ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦਾ ਪਾਕਿਸਤਾਨ ਦੇ ਨਾਲ ਬਾਰਡਰ ਬੰਦ ਕਰ ਦਿੱਤਾ ਗਿਆ ਤੇ ਜਿਹੜਾ ਬੰਬਈ ਤੇ ਕਰਾਚੀ ਦਾ ਪੋਰਟ ਚੱਲਦਾ ਉੱਥੋਂ ਵਪਾਰ ਹੋ ਰਿਹਾ ਤੇ ਜੇ ਪੰਜਾਬ ਦੇ ਵਿੱਚੋਂ ਵਪਾਰ ਚੱਲੇ ਪੰਜਾਬ ਦੇ ਲੋਕਾਂ ਨੂੰ ਉੱਥੇ ਵੱਡਾ ਵਪਾਰ ਮਿਲੇ ਜਿਹੜਾ ਮਿਡਲ ਈਸਟ ਨੂੰ ਸਾਰਾ ਰਾਹ ਜਾਂਦਾ ਪੰਜਾਬ ਦੀ ਹੋ ਕੇ ਜਾਂਦਾ ਜੀ ਇੱਥੇ ਵਪਾਰ ਹੋਵੇ ਪੰਜਾਬੀਆਂ ਨੂੰ ਬਰ ਜਾਂਦੀ ਕੀ ਲੋੜ ਹੈ ਤੇ ਆਪ ਦੇ ਲੋਕਾਂ ਨੇ ਪ੍ਰਵਾਸ ਵੀ ਪਹਿਲੀ ਵਾਰਾ ਨਹੀਂ ਕੀਤਾ ਤੇ ਜਦੋਂ ਤੁਸੀਂ ਇਤਿਹਾਸ ਪੜੋ ਉਹਨਾਂ ਦੇ ਜੋ ਕਾਮਾ ਕਾਟਾ ਮਹਾਰੂਤ ਦੀ ਘਟਨਾ ਵਾਪਰੀਏ ਜਦੋਂ ਦੇਸ਼ ਵਿੱਚ ਆਜ਼ਾਦੀ ਦਾ ਅੰਦੋਲਨ ਵਾਪਰੇ ਚਲਿਆ ਉਦੋਂ ਪੰਜਾਬੀ ਉਸ ਤੋਂ ਪਹਿਲਾਂ ਵੀ ਬਾਹਰ ਗਏ ਹੋਏ ਸੀਗੇ ਤੇ ਉਦੋਂ ਉਥੋਂ ਬਾਹਰੋਂ ਆ ਗਏ ਜਦੋਂ ਪੰਜਾਬ ਦੀ ਗੱਲ ਹੋਈ ਔਰ ਅੱਜ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਤੇ ਪੰਜਾਬੀ ਨੇ ਜਿਹੜੇ ਖਾਸ ਤੌਰ ਤੇ ਸਿੱਖ ਨੇ ਉਹਨਾਂ ਦਾ ਦਿਲ ਪੰਜਾਬ ਦੇ ਵਿੱਚ ਹੀ ਧੜਕਦਾ ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਵਸੀਏ ਲੇਕਿਨ ਸਰਕਾਰਾਂ ਨੇ ਇੱਥੇ ਜਿਹਹਾ ਮਾਹੌਲ ਤਿਆਰ ਕਰ ਦਿੱਤਾ ਕਿ ਇੱਥੇ ਨਾ ਤੇ ਕੋਈ ਵਪਾਰ ਸੁਰੱਖਿਅਤ ਰਹਿ ਗਿਆ ਅੱਜ ਦੇ ਦਿਨ ਪੰਜਾਬ ਦੇ ਵਿੱਚ ਲਾਂਡ ਆਊਟ ਆਫ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਏ ਤੇ ਇਹ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਇੱਕ ਮੁੱਦਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਵੀ ਪ੍ਰਵਾਸੀ ਜਾਂ ਫਿਰ ਕਿਸੇ ਵੀ ਇਲਾਕੇ ਦਾ ਬੰਦਾ ਉੱਠ ਕੇ ਪੰਜਾਬ ਦੇ ਵਿੱਚ ਆ ਕੇ ਆਰਾਮ ਦੇ ਨਾਲ ਜ਼ਮੀਨ ਲੈ ਲੈਂਦਾ ਹੈ ਤੇ ਜੇਕਰ ਪੰਜਾਬੀ ਚਾਵੇ ਕਿਸੇ ਥਾਂ ਦੇ ਉੱਤੇ ਜਾ ਕੇ ਜ਼ਮੀਨ ਲੈਣਾ ਤਾਂ ਉਸ ਦੇ ਲਈ ਮੁਸ਼ਕਲ ਹੋ ਜਾਂਦੀ ਹੈ ਜੇਕਰ ਕਿਸੇ ਵੀ ਥਾਂ ਦੇ ਉੱਤੇ ਪੰਜਾਬੀ ਜਾ ਕੇ ਜ਼ਮੀਨ ਲੈਂਦਾ ਹੈ ਤੇ ਉਸ ਨੂੰ ਸਭ ਤੋਂ ਪਹਿਲਾਂ ਉੱਥੇ ਜਾ ਕੇ ਕਈ ਚੀਜ਼ਾਂ ਦਾ ਪੱਲਣਾ ਕਰਨਾ ਪੈਂਦਾ ਹੈ ਉਸ ਦੇ ਬਾਅਦ ਵੀ ਜ਼ਮੀਨ ਉਹਨਾਂ ਨੂੰ ਮਿਲਦੀ ਹੈ ਨਹੀਂ ਮਿਲਦੀ ਉਹ ਬਾਅਦ ਦੀਆਂ ਗੱਲਾਂ ਨੇ ਪਰ ਕਈ ਪੰਬਲ ਪੂਸੇ ਦੇ ਵਿੱਚ ਪੰਜਾਬੀ ਫਸ ਜਾਂਦਾ ਹੈ ਪਰ ਜੇਕਰ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦੇ ਵਿੱਚ ਕੋਈ ਵੀ ਆ ਕੇ ਜੜਾ ਉਹ ਜ਼ਮੀਨ ਖਰੀਦ ਸਕਦਾ ਹੈ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਪਰਮਿੰਦਰ ਸਿੰਘ ਢਿੰਗਰਾ ਨਾਲ ਮੌਜੂਦ ਨੇ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਇਹਨਾਂ ਨੇ ਕਾਫੀ ਚਿਰ ਇਸ ਗੱਲ ਨੂੰ ਜਿਹੜਾ ਹੈ ਇਸ ਗੱਲ ਦੇ ਉੱਤੇ ਕਈ ਚੰਨਣਾ ਵੀ ਪਾਇਆ ਮੁੱਦੇ ਵੀ ਕਾਫੀ ਚੱਕਦੇ ਰਹੇ ਨੇ ਪੂਰਨ ਕੁਝ ਦਿਨ ਪਹਿਲਾਂ ਵੀ ਇਹਨਾਂ ਨੇ ਇਸ ਮੁੱਦੇ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਸੀਗਾ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਹੈਗੀ ਹੈ ਪਰਮਿੰਦਰ ਸਿੰਘ ਢਿੰਗਰੇ ਸਾਡੇ ਨਾਲ ਨੇ ਗੱਲਬਾਤ ਕਰਨੀ ਹੈ ਢਿੰਗਰੇ ਸਾਹਿਬ ਸਵਾਗਤ ਹੈ ਤੁਹਾਡੇ ਤੇ ਸ਼ੁਕਰੀਆ ਤੁਸੀਂ ਸਭ ਤੁਹਾਡੇ ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰੂਰ ਜਾਨਣਾ ਚਾਹੂੰਗਾ ਕਿ ਤੁਸੀਂ ਵੱਖ-ਵੱਖ ਸਮੇਂ ਦੇ ਉੱਤੇ ਬਾਤ ਚੱਕਦੇ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਦੇ ਵਿੱਚ ਆ ਕੇ ਕੋਈ ਵੀ ਜ਼ਮੀਨ ਲੈ ਲੈਂਦਾ ਹੈ ਤੇ ਪੰਜਾਬੀ ਜੇਕਰ ਕਿਤੇ ਜਾਂਦਾ ਹੈ ਤੁਸ ਨੂੰ ਜ਼ਮੀਨ ਨਹੀਂ ਮਿਲਦੀ ਇਹ ਲੱਗਦਾ ਹੈ ਕਿ ਤੁਹਾਨੂੰ ਖਤਮ ਹੋਵੇਗਾ ਸਰਕਾਰ ਇਸ ਦੇ ਉੱਤੇ ਗੌਰ ਕਰੇਗੀ ਦੇਖੋ ਇਹ ਨਾ ਬੜੇ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਕੋਈ ਨਵੀਂ ਗੱਲ ਨਹੀਂ ਅਸੀਂ ਕੀਤੀ ਆਲ ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਨੇ ਆਪਣੇ ਜਿਹੜਾ ਇਜਲਾਸ ਲਾਇਆ ਸੀ 13 ਸਤੰਬਰ ਨੂੰ ਉਹਦੇ ਚ ਅਸੀਂ ਸਾਡੇ ਜਿਹੜੇ ਪੰਜਾਬ ਸਰਕਾਰ ਤੋਂ ਕੁਝ ਮੰਗਾ ਸੀ ਉਹਦੇ ਵਿੱਚ ਇੱਕ ਮੁੱਖ ਮੰਗ ਹੈ ਵੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਤੇ ਪਾਬੰਦੀ ਲਾਵੇ ਕਿਉਂਕਿ ਜਦੋਂ ਪੰਜਾਬ ਦੇ ਲੋਕਾਂ ਨੇ ਚਾਹੇ ਉਹ ਸਿੱਖ ਨੇ ਚਾਹੇ ਹਿੰਦੂ ਨੇ ਜਾਂ ਕੋਈ ਵੀ ਪੰਜਾਬ ਦਾ ਵਸਾਦਾ ਜਦੋਂ ਉਹ ਪੰਜਾਬ ਤੋਂ ਬਾਹਰ ਜਾਂਦਾ ਜਿਹੜੇ ਸਾਡੇ ਨਾਲ ਦੀਆਂ ਕਨੈਕਟਿੰਗ ਤਿੰਨ ਸਟੇਟਸ ਨੇ ਜਿਹਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਤੇ ਰਾਜਸਥਾਨ ਇੱਥੇ ਕੋਈ ਵੀ ਪੰਜਾਬੀ ਜ਼ਮੀਨ ਜ਼ਿਆਦਾ ਖਰੀਦ ਨਹੀਂ ਸਕਦਾ ਕਿਉਂਕਿ ਉਥੋਂ ਦੀਆਂ ਸਰਕਾਰਾਂ ਨੇ ਕਾਨੂੰਨ ਬਣਾਏ ਨੇ ਤਾਂ ਜੋ ਉਹਨਾਂ ਲੋਕਾਂ ਦੀ ਭਾਸ਼ਾ ਤੇ ਉਹਨਾਂ ਦਾ ਸੱਭਿਆਚਾਰ ਦੇ ਵਿੱਚ ਕਿਸੇ ਦਾ ਦਖਲ ਨਾ ਹੋਵੇ ਤੇ ਉਹਨਾਂ ਦਾ ਸੱਭਿਆਚਾਰ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਲੇਕਿਨ ਜਦੋਂ ਗੱਲ ਪੰਜਾਬ ਦੀ ਆਂਦੀ ਹੈ ਸਾਡਾ ਵੀ ਆਪਣਾ ਸੱਭਿਆਚਾਰ ਹੈ ਸਾਡੀ ਆਪਣੀ ਭਾਸ਼ਾ ਸਾਡੀ ਬੋਲੀ ਨੂੰ ਵੱਡੇ ਪੱਧਰ ਤੇ ਖਤਰਾ ਪੈਦਾ ਕੀਤਾ ਜਾ ਰਿਹਾ ਤੇ ਪੰਜਾਬ ਦੇ ਲੋਕ ਵੀ ਮਹਿਸੂਸ ਕਰਦੇ ਨੇ ਔਰ ਅਸੀਂ ਮੰਗ ਕਰਦੇ ਆ ਕਿ ਪੰਜਾਬ ਦੇ ਵਿੱਚ ਵੀ ਗੈਰ ਪੰਜਾਬੀਆਂ ਦੇ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਖਰੀਦਣ ਤੇ ਪਾਬੰਦੀ ਲੱਗੇ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਲੀਅਰ ਕਰਦੇ ਆ ਕਈ ਲੋਕੇ ਇਹ ਕਹਿੰਦੇ ਨੇ ਸ਼ਾਇਦ ਤੁਸੀਂ ਗੈਰ ਪੰਜਾਬੀਆਂ ਦੇ ਪ੍ਰਤੀ ਮੰਦ ਭਾਵਨਾ ਰੱਖਦੇ ਹੋ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਜਿਹੜਾ ਵੀ ਕੋਈ ਪੰਜਾਬ ਦੇ ਵਿੱਚ ਆਉਂਦਾ ਆ ਕੇ ਆਪਣਾ ਕੰਮ ਕਰਨਾ ਚਾਹੁੰਦਾ ਕੰਮ ਕਰਕੇ ਉਪਜੀਵਿਕਾ ਕਮਾਵੇ ਤੇ ਬਾਹਰ ਚਲਾ ਜਾਵੇ ਵਾਪਸ ਚਲਾ ਜਾਵੇ ਪੱਕੇ ਤੌਰ ਤੇ ਪੰਜਾਬ ਦਾ ਨਾਗਰਿਕ ਨਾਮ ਹੋਵੇ ਉਹਦੇ ਕੋ ਡੋਮਿਸਾਈਲ ਪੰਜਾਬ ਦਾ ਨਾਮ ਹੋਵੇ ਜੇ ਰਾਜਸਥਾਨ ਵੀ ਇਹ ਗੱਲ ਕਹਿ ਸਕਦਾ ਜੰਮੂ ਕਸ਼ਮੀਰ 'ਚ ਇਹ ਗੱਲ ਹੋ ਸਕਦੀ ਹੈ ਹਿਮਾਚਲ 'ਚ ਇਹ ਗੱਲ ਹੋ ਸਕਦੀ ਹੈ ਜਿਹੜੀਆਂ ਨਾਗਾਲੈਂਡ ਉਧਰ ਦੀਆਂ ਜਿਹੜੇ ਸਟੇਟਸ ਨੇ ਜਿ ਉਹ ਇਹ ਗੱਲ ਕਹਿ ਸਕਦੇ ਨੇ ਤੇ ਪੰਜਾਬ ਨੂੰ ਵੀ ਹਾ ਕੇ ਆਪਣੀ ਗੱਲ ਕਹਿੰਦਾ ਔਰ ਇਹਦੇ ਵਾਸਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਕੀਤੀ ਵੀ ਇੱਕ ਸਰਬਸੰਮਤੀ ਦਾ ਸਾਰੀਆਂ ਸਰਕਾਰਾਂ ਇਹਦੇ ਦੇ ਮਤਾ ਪਹੁੰਚ ਇਹ ਬਿੱਲ ਲੈ ਕੇ ਆਣ ਕਿ ਗੈਰ ਪੰਜਾਬੀਆਂ ਦੇ ਪੰਜਾਬ ਦੇ ਵਿੱਚ ਗਰੀਨ ਜ਼ਮੀਨ ਖਰੀਦਣ ਦੇ ਪਾਬੰਦੀ ਲਾਈ ਜਾਵੇ ਤੁਹਾਨੂੰ ਲੱਗਦਾ ਕਿ ਉਹ ਹੋਵੇਗਾ ਕਿਉਂਕਿ ਜਿੱਥੇ ਤੱਕ ਇਸ ਮੁੱਦੇ ਦੀ ਗੱਲ ਕਰੀਏ ਤਾਂ ਆਮ ਕੁਸ਼ਨ ਨੇ ਤੁਹਾਡੇ ਤੋਂ ਪੁੱਛਿਆ ਹੀ ਜਾਵੇਗਾ ਕਿ ਪੰਜਾਬ ਦੇ ਤਾਂ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਪੰਜਾਬ ਦੇ ਵਿੱਚ ਰਹਿ ਕੌਣ ਗਿਆ ਇਹ ਯੂਪੀ ਬਿਹਾਰ ਦੇ ਲੋਕ ਹੀ ਆ ਕੇ ਪੰਜਾਬ ਸਾਂਭ ਰਹੇ ਨੇ ਮੈਂ ਇਸੇ ਕਰਕੇ ਕਹਿ ਰਿਹਾ ਵਾਂ ਵੀ ਪੰਜਾਬ ਦੇ ਵਿੱਚ ਸਾਜ਼ਿਸ਼ਾਂ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਇਥੋਂ ਉਜਾੜਿਆ ਜਾ ਰਿਹਾ ਹੈ ਇਥੇ ਉਹੋ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਜਿਦੇ ਵਿੱਚ ਪੰਜਾਬੀਆਂ ਦਾ ਕੰਮ ਕਰਨਾ ਔਖਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਦੇ ਕਰਕੇ ਸਾਡੇ ਬੱਚੇ ਅਪਲਾਈਨ ਕਰ ਰਹੇ ਨੇ ਔਰ ਜਦੋਂ ਪੰਜਾਬ ਦਾ ਸੂਬਾ ਬਣਾਇਆ ਗਿਆ ਪੰਜਾਬੀ ਸੂਬਾ ਬਣਾਇਆ ਗਿਆ ਭਾਸ਼ਾ ਦੇ ਆਧਾਰ ਤੇ ਇਹਦੀ ਵੰਡ ਕੀਤੀ ਗਈ ਪੰਜਾਬੀ ਸੂਬਾ ਬਣਾਇਆ ਪੰਜਾਬੀ ਮੋਰਚਾ ਲੱਗਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਤੱਕਨ ਬੜੀ ਵੱਡੀ ਇਹਦੇ ਤੇ ਲਹਿਰ ਚੱਲੀ ਉਹਦੇ ਵਿੱਚ ਸ਼ਹਾਦਤਾਂ ਹੋਈਆਂ ਵੱਡੇ ਲੰਮੀਆਂ ਜੇਲਾਂ ਨੂੰ ਜੇਲਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਜਾਣਾ ਪਿਆ ਉਸ ਤੋਂ ਬਾਅਦ ਪੰਜਾਬੀ ਸੂਬਾ ਬਣਾਇਆ ਗਿਆ ਤੇ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਸਿੱਖਾਂ ਨੂੰ ਘੱਟ ਗਿਣਤੀ ਕਰਨ ਦੀ ਸਾਜ਼ਿਸ਼ ਹੋ ਗਈ ਨਾ ਜੀ ਵੀ ਪੰਜਾਬੀਆਂ ਨੂੰ ਇੱਥੋਂ ਕੱਢ ਦਿਓ ਤੇ ਬਿਹਾਰ ਯੂਪੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਵਸਾ ਦਿਓ ਕਿ ਤੁਸੀਂ ਮੇਰੀ ਗੱਲ ਦਾ ਜਵਾਬ ਆਪ ਹੀ ਦੇ ਦਿੱਤਾ ਵੀ ਇਹ ਇੱਕ ਬੜਾ ਵੱਡਾ ਸਾਜ਼ਿਸ਼ੀ ਤਰੀਕਾ ਇਹਨੂੰ ਰੋਕਿਆ ਜਾਵੇ ਜਿੱਥੇ ਤੱਕਰ ਗੱਲ ਤੁਸੀਂ ਕੀਤੀ ਵੀ ਪੰਜਾਬੀ ਬਾਹਰ ਜਾਂਦੇ ਨੇ ਪੰਜਾਬੀ ਜਦੋਂ ਬਾਹਰ ਜਾਂਦੇ ਨੇ ਤੇ ਪੰਜਾਬ ਦੇ ਲੋਕ ਉੱਥੋਂ ਦੇ ਕਲਚਰ ਦੇ ਨਾਲ ਛੇੜਛਾੜ ਨਹੀਂ ਕਰਦੇ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਨੇ ਉਹ ਆਪਣੇ ਕਲਚਰ ਨੂੰ ਲੈ ਕੇ ਸਭਿਆਚਾਰ ਨੂੰ ਲੈ ਕੇ ਆਪਣੀ ਬੋਲੀ ਨੂੰ ਲੈ ਕੇ ਆਪਣੀ ਬਾਦਸ਼ਾਹ ਨੂੰ ਲੈ ਕੇ ਉਹ ਇੰਨੀਆ ਸੋਹਿਰਦੇ ਨੇ ਵੀ ਜਦੋਂ ਪੰਜਾਬੀਆਂ ਨੇ ਬਾਹਰ ਜਾਣਾ ਹੁੰਦਾ ਤਾਂ ਉਹ ਪਹਿਲਾਂ ਕਹਿੰਦੇ ਨੂੰ ਅਦਸ ਕਰਕੇ ਆ ਇਸੇ ਤਰ੍ਹਾਂ ਹੀ ਜਿਹੜਾ ਨੇ ਫਰਾਂਸ ਵਗੈਰਾ ਜਾਣਾ ਹੋਵੇ ਜਾਂ ਕਿਊਬੈਕ ਏਰੀਆ ਹੈਗਾ ਕੈਨੇਡਾ ਦੇ ਵਿੱਚ ਉਹਨੂੰ ਕਹਿੰਦੇ ਫਰੈਂਚ ਕਰਕੇ ਆ ਉਹ ਚਾਹੁੰਦੇ ਨੇ ਵੀ ਜਿੰਨੇ ਸਾਡੇ ਕੋ ਆ ਕੇ ਕੰਮ ਕਰਨਾ ਸਾਡੀ ਬੋਲੀ ਨੂੰ ਖਰਾਬ ਨਾ ਕਰੇ ਸਾਡੀ ਭਾਸ਼ਾ ਨੂੰ ਸਮਝੇ ਤੇ ਜੇ ਅਸੀਂ ਵੀ ਚਾਹੁੰਦੇ ਆ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਹੱਕ ਰੱਖਵੇਂ ਹੋਣੇ ਚਾਹੀਦੇ ਨੇ ਇਹਦੇ ਚ ਕੋਈ ਵੱਖਰੀ ਗਲਤੀ ਨਹੀਂ ਕੀਤੀ ਜੇ ਬਾਕੀ ਸਟੇਟਾਂ ਇਹ ਮੰਗ ਕਰ ਸਕਦੀਆਂ ਨੇ ਪੰਜਾਬੀਆਂ ਨੂੰ ਵੀ ਹੱਕ ਹੈ ਵੀ ਅਸੀਂ ਆਪਣੀ ਗੱਲ ਨੂੰ ਕਹੀਏ ਔਰ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਬੜਾ ਵੱਡਾ ਮੁੱਦਾ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਪੰਜਾਬ ਦੀਆਂ ਚਾਹੇ ਕਾਂਗਰਸੇ ਚਾਹੇ ਭਾਜਪਾ ਤੇ ਚਾਹੇ ਆਮ ਆਦਮੀ ਪਾਰਟੀ ਆ ਇਹਨਾਂ ਦਾ ਜਿਹੜਾ ਕੇਂਦਰ ਹੈ ਉਹ ਦਿੱਲੀ ਤੋਂ ਚੱਲਦਾ ਹੈ ਇਹਨਾਂ ਨੂੰ ਇਹ ਗੱਲ ਹੋ ਸਕਦਾ ਚੰਗੀ ਨਾ ਲੱਗੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਇਸ ਗੱਲ ਦੇ ਉੱਤੇ ਗੱਲ ਨੂੰ ਅੱਗੇ ਤੋਰਨ ਕਿ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਉਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੋ ਗੈਰ ਪੰਜਾਬੀਆਂ ਨੂੰ ਉਹਨਾਂ ਦੇ ਆਪਣੇ ਸੂਬਿਆਂ ਵਿੱਚ ਮਿਲਦੀਆਂ ਹਨ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਜਦੋਂ ਗੱਲ ਕਹਿ ਰਹੇ ਹੋ ਤਾਂ ਇੱਕ ਇਹ ਮੁੱਦਾ ਉਲਟਾ ਵੀ ਬਣ ਸਕਦਾ ਹੈ ਕਿ ਹਿੰਦੂ ਸਿੱਖ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਉਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚ ਹਿੰਦੂ ਸਿੱਖ ਦੀ ਗੱਲ ਕਿੱਥੋਂ ਆ ਗਈ ਜੀ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਨੇ ਤੋ ਹਿੰਦੂ ਵੀ ਤੇ ਹੈਗੇ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ 크ਰਿਸਚੀਅਨ ਵੀ ਨੇ ਤੇ ਜਦੋਂ ਕੋਈ ਪੰਜਾਬ ਦਾ இந்து ਜਾ ਕੇ ਰਾਜਸਥਾਨ 'ਚ ਜਗ੍ਹਾ ਲੈਂਦਾ ਉਹਨੂੰ ਇਹ ਥੋੜੀ ਕਹਿੰਦੇ ਨੇ ਵੀ ਤੈਨੂੰ ਜਗ੍ਹਾ ਲੈਣ ਦੇ ਦਿੰਦਾ ਨਹੀਂ ਵੀ ਤੂੰ ਤਾਂ Hindu ਹੈਗਾ ਇਹੋ ਜੀ ਕੋਈ ਗੱਲ ਹੀ ਐ ਨਹੀਂ ਗੀ ਗੱਲ ਤਾਂ ਪੰਜਾਬੀ ਦੀ ਹੋ ਰਹੀ ਹੈ ਪੰਜਾਬ ਦੇ ਵਿੱਚ ਸਾਰੇ ਫਿਰ ਕੇ ਸਰਬਸਾਂਝੀ ਵਾਲਤਾ ਦੀ ਗੱਲ ਹੈ ਇੱਥੇ ਸਾਰੇ ਵਸਦੇ ਨੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਰਬਸਾਂਝੀ ਵਾਲਤਾ ਦਾ ਅਸੀਂ ਸੰਦੇਸ਼ ਦਿੰਨੇ ਆ ਇਹਦਾ ਮਤਲਬ ਇਹ ਨਾ ਸਮਝ ਲਿਆ ਜਾਵੇ ਵੀ ਅਸੀਂ ਹਰੇਕ ਨੂੰ ਇਜਾਜ਼ਤ ਦੇ ਦਿੰਦੇ ਆ ਵੀ ਸਾਡੇ ਸੱਭਿਆਚਾਰ ਤੇ ਨਾਲ ਕੋਈ ਛੇੜਛਾੜ ਕਰੇ ਤੁਸੀਂ ਦੇਖੋ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਲਾਈ ਜਾ ਰਹੀ ਹੈ ਇਹ ਕਿਉਂ ਹੋ ਰਿਹਾ ਜਦੋਂ ਕਿਉਂਕਿ ਇਹ ਕਮਰਸ਼ੀਅਲਾਈਜ਼ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹਦੇ ਕਰਕੇ ਹੀ ਅਸੀਂ ਚਾਹੁੰਦੇ ਆਂ ਕਿ ਜੇਕਰ ਕੋਈ ਪੰਜਾਬ ਦੇ ਵਿੱਚ ਆਉਂਦਾ ਉਹ ਸਾਡੀ ਬੋਲੀ ਨੂੰ ਅਪਣਾਵੇ ਸਾਡੇ ਸੱਭਿਆਚਾਰ ਨੂੰ ਅਪਣਾਵੇ ਤੇ ਆ ਕੇ ਆਪਣੀ ਜੋ ਪਜੀਵਿਕਾ ਕਮਾਣੀ ਚਾਹੁੰਦਾ ਕਮਾਵੇ ਪੰਜਾਬੀ ਕਦੇ ਵੀ ਇਸ ਗੱਲੋਂ ਵੱਡਾ ਦਿਲ ਰੱਖਦੇ ਨਹੀਂ ਕਿਸੇ ਨੂੰ ਰੋਕਦੇ ਨਹੀਂ ਉਹ ਆਣ ਕੇ ਕੰਮ ਕਰਨ ਕੰਮ ਕਰਕੇ ਆਪੋ ਆਪਣੇ ਜਿੱਥੇ ਤੋਂ ਆਏ ਨੇ ਉੱਥੇ ਵਾਪਸ ਪਰਤੇ ਜਾਣ ਜਿਵੇਂ ਪੰਜਾਬੀ ਜਦੋਂ ਖਾੜੀ ਮੁਲਕਾਂ ਦੇ ਵਿੱਚ ਜਾਂਦੇ ਨੇ ਨਾ ਜਿਹੜੇ ਦੁਬਈ ਦੇ ਵਿੱਚ ਸਾਊਦੀ ਅਰੇਬੀਆ ਦੇ ਵਿੱਚ ਦੁਬਈ ਦੇ ਵਿੱਚ 95% ਲੋਕ ਗੈਰ ਨੇ ਬਾਰੂ ਦੇਸ਼ਾਂ ਤੋਂ ਉੱਥੇ ਆਏ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਇੱਥੇ ਇੱਕ ਕੰਮ ਕਰ ਸਕਦੇ ਹੋ ਲੇਕਿਨ ਪੱਕੇ ਤੌਰ ਤੇ ਤੁਹਾਨੂੰ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਆਂ ਵੀ ਜੇ ਪੰਜਾਬ ਦੇ ਵਿੱਚ ਪੰਜਾਬੀ ਗੈਰ ਪੰਜਾਬੀ ਜੇਕਰ ਕੋਈ ਆਉਂਦਾ ਆ ਕੇ ਕੰਮ ਕਰੇ ਲੇਕਿਨ ਪੱਕੇ ਤੌਰ ਤੇ ਉਹਨੂੰ ਜ਼ਮੀਨ ਜ਼ਿਆਦਾ ਖਰੀਦਣ ਦੇ ਮਾਲਕੀ ਦੇ ਹੱਕਾਂ ਤੋਂ ਪਾਸੇ ਕਰ ਦਿੱਤਾ ਜਾਵੇ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਆਪਣੇ ਹੀ ਪੰਜਾਬੀਆਂ ਕਰਕੇ ਹੀ ਪੰਜਾਬ ਦੀ ਇਹ ਦੁਰਦਸ਼ਾ ਹੋਣੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਹੀ ਪੰਜਾਬੀਆਂ ਨੇ ਹੌਲੀ ਹੌਲੀ ਯੂਪੀ ਬਿਹਾਰ ਦੇ ਲੋਕਾਂ ਨੂੰ ਇੱਥੇ ਲਿਆ ਕੇ ਬਸਾਣਾ ਸ਼ੁਰੂ ਕੀਤਾ ਪਹਿਲਾ ਖੇਤੀ ਕੰਮ ਸਿਖਾਇਆ ਖੇਤੀ ਕੰਮਾਂ ਦੇ ਵਿੱਚ ਅਤੇ ਹੁਣ ਹੋਰੀ-ਹੋਰੀ ਹੋਰ ਕਈ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਲੱਗਦਾ ਆਪਣੀਆਂ ਹੀ ਗਲਤੀਆਂ ਨੇ ਮੈਂ ਇਦਾਂ ਸਮਝਦਾ ਵਾਂ ਵੀ ਇਹਦੇ ਵਿੱਚ ਨਾ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਉਹ ਜਿਹੇ ਨੀਤੀਆਂ ਬਣਾਉਂਦੇ ਨੇ ਵੀ ਅੱਜ ਜਿੰਨਾ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਸਾਰਾ ਪੰਜਾਬੀਆਂ ਦਾ ਇਹ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਇਹੋ ਜਿਹੀ ਨੀਤੀ ਬਣਾ ਦਿੱਤੀ ਜਾਂਦੀ ਹੈ ਵੀ ਇੱਥੋਂ ਦੇ ਲੋਕਾਂ ਨੂੰ ਵਪਾਰ ਇੱਥੋਂ ਕੋਈ ਨਾ ਚੱਲੇ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦਾ ਪਾਕਿਸਤਾਨ ਦੇ ਨਾਲ ਬਾਰਡਰ ਬੰਦ ਕਰ ਦਿੱਤਾ ਗਿਆ ਤੇ ਜਿਹੜਾ ਬੰਬਈ ਤੇ ਕਰਾਚੀ ਦਾ ਪੋਰਟ ਚੱਲਦਾ ਉੱਥੋਂ ਵਪਾਰ ਹੋ ਰਿਹਾ ਤੇ ਜੇ ਪੰਜਾਬ ਦੇ ਵਿੱਚੋਂ ਵਪਾਰ ਚੱਲੇ ਪੰਜਾਬ ਦੇ ਲੋਕਾਂ ਨੂੰ ਇੱਥੇ ਵੱਡਾ ਵਪਾਰ ਮਿਲੇ ਜਿਹੜਾ ਮਿਡਲ ਈਸਟ ਨੂੰ ਸਾਰਾ ਰਾਹ ਜਾਂਦਾ ਪੰਜਾਬ ਦੀ ਹੋ ਕੇ ਜਾਂਦਾ ਜੀ ਇੱਥੇ ਵਪਾਰ ਹੋਵੇ ਪੰਜਾਬੀਆਂ ਨੂੰ ਬਰ ਜਾਂਦੀ ਕੀ ਲੋੜ ਹੈ ਇਸੇ ਕਰਕੇ ਪੰਜਾਬੀ ਜਦੋਂ ਉਹਨਾਂ ਨੂੰ ਇੱਥੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਫਿਰ ਵਿਦੇਸ਼ ਵਿੱਚ ਜਾਂਦੇ ਨੇ ਇਹਦੇ ਪਿੱਛੇ ਲੋਕ ਜ਼ਿੰਮੇਵਾਰ ਨਹੀਂ ਹੈਗੇ ਇਹਦੇ ਪਿੱਛੇ ਸਰਕਾਰਾਂ ਜ਼ਿੰਮੇਵਾਰ ਨੇ ਔਰ ਪੰਜਾਬ ਦੇ ਲੋਕਾਂ ਨੇ ਪ੍ਰਵਾਸ ਕੋਈ ਪਹਿਲੀ ਵਾਰਾ ਨਹੀਂ ਕੀਤਾ ਜਦੋਂ ਤੁਸੀਂ ਇਤਿਹਾਸ ਪੜ੍ਹੋ ਉਹਨਾਂ ਦੇ ਕਾਮਾਂ ਕਾਟਾ ਮਾਰੂ ਦੀ ਘਟਨਾ ਵਾਪਰੀ ਹੈ ਜਦੋਂ ਦੇਸ਼ ਵਿੱਚ ਆਜ਼ਾਦੀ ਦਾ ਅੰਦੋਲਨ ਵਾਪਰੇ ਚਲਿਆ ਉਦੋਂ ਪੰਜਾਬੀ ਉਸ ਤੋਂ ਪਹਿਲਾਂ ਵੀ ਬਾਹਰ ਗਏ ਹੋਏ ਸੀਗੇ ਤੇ ਉਦੋਂ ਉਥੋਂ ਬਾਹਰੋਂ ਆ ਗਏ ਜਦੋਂ ਪੰਜਾਬ ਦੀ ਗੱਲ ਹੋਈ ਔਰ ਅੱਜ ਵੀ ਜਿਹੜੇ ਨਿਰਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਨੇ ਜਿਹੜੇ ਖਾਸ ਤੌਰ ਤੇ ਸਿੱਖ ਨੇ ਉਹਨਾਂ ਦਾ ਦਿਲ ਪੰਜਾਬ ਦੇ ਵਿੱਚ ਹੀ ਧੜਕਦਾ ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਵਸੀਏ ਲੇਕਿਨ ਸਰਕਾਰਾਂ ਨੇ ਇੱਥੇ ਜਿਹਾ ਮਾਹੌਲ ਤਿਆਰ ਕਰ ਦਿੱਤਾ ਕਿ ਇੱਥੇ ਨਾ ਤੇ ਕੋਈ ਵਪਾਰਸ ਰੱਖਿਆ ਤਰਹਿ ਗਿਆ ਅੱਜ ਦੇ ਨ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ ਤੇ ਇਹ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਜੇਕਰ ਇਹ ਸਾਰੇ ਕਾਨੂੰਨ ਇੱਥੇ ਲਾਗੂ ਹੋਣਗੇ ਤੇ ਪੰਜਾਬ ਦੇ ਲੋਕਾਂ ਦੇ ਹੱਕ ਰੱਖੇ ਬੇ ਹੋ ਜਾਣਗੇ ਪੰਜਾਬ ਦੇ ਲੋਕਾਂ ਨੂੰ ਹੀ ਪੰਜਾਬ ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਏ ਇਹ ਕੋਈ ਮਾੜੀ ਗੱਲ ਨਹੀਂ ਇਹ ਦਿੱਲੀ ਵਾਲੇ ਵੀ ਕਹਿੰਦੇ ਨੇ ਹਰਿਆਣੇ ਵਾਲੇ ਵੀ ਕਹਿੰਦੇ ਨੇ ਰਾਜਸਥਾਨ ਵਾਲੇ ਵੀ ਕਹਿੰਦੇ ਨੇ ਜੇ ਸਾਡੇ ਆਪਣੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਣ ਉਸ ਤੋਂ ਬਾਅਦ ਜੇ ਕੋ ਸਾਡੇ ਕੋਈ ਨੌਕਰੀਆਂ ਹੋਣ ਕੋਈ ਵੀ ਆਵੇ ਅਸੀਂ ਉਹਨੂੰ ਵੈਲਕਮ ਕਰਾਂਗੇ ਲੇਕਿਨ ਜਦੋਂ ਸਾਡੇ ਆਪ ਦੇ ਬੱਚੇ ਬੇਰੁਜ਼ਗਾਰ ਨੇ ਤੇ ਅਸੀਂ ਗੈਰ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਾਂ ਇਹ ਕੋਈ ਵੀ ਇਸ ਕੰਮ ਨੂੰ ਚੰਗਾ ਨਹੀਂ ਸਮਝਦਾ ਜਿਹਦੇ ਕਰਕੇ ਅਸੀਂ 올 인디아 6 스튜던츠 페데레이션 발로 ਮੰਗ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਦੇ ਜ਼ਮੀਨ ਜ਼ਦਾਰ ਖਰੀਦਣ ਦੇ ਪਾਬੰਦੀ ਲੱਗਣੀ ਚਾਹੀਦੀ ਹੈ